ਅਸਲਾਮ ਅਲੈਕੁਮ, ਮੈਂ ਹਾਂ ਸ਼ਹਿਦ ਖਾਨ। ਤੁਸੀਂ ਮੇਰੇ ਕੋਲ ਯੂਟਿਊਬ ਚੈਨਲ ਸ਼ਹਿਦ ਅਲਮਾਨ ਨੇ ਵੇਲਾ ਹੋ ਗਿਆ ਜਿਹਦੇ ਬਾਰੇ ਇਸ ਵਕਤ ਮੌਜੂਦ ਹਾਂ। ਮੈਂ ਥਲ ਅੱਡਾ ਲਗਾ ਰਹੇ ਦੇ ਨਜ਼ਦੀਕ, ਇੱਥੇ ਸਿਸਟਮ ਲੱਗਾ ਹੋਇਆ ਸੋਲਰ ਪਲੇਟ ਸਿਸਟਮ, ਦੋ ਵਿੱਚ ਤੁਸੀਂ ਮੇਰੇ ਕੋਲ ਬੋਰ ਲੱਗੇ ਹੋਏ, ਬੋਰ ਸਿਸਟਮ ਬੜਾ ਹੀ ਪਿਆਰਾ ਸੀਨ ਆ। ਮੈਂ ਇੱਥੇ ਵੀਡੀਓ ਬਣਾ ਕੇ ਤੁਹਾਡੇ ਨਾਲ ਸ਼ੇਅਰ ਕਰੀਏ, ਤੁਹਾਨੂੰ ਮਜ਼ੀਦ ਚੈੱਕ ਕਰੇ ਨਾ ਪਾਣੀ ਕਿਤਨਾ ਕਿਤਨਾ ਪਲੇਟਾਂ ਲੱਗੀਆਂ ਹੋਈਆਂ, ਮਾਹੌਲ ਕਾਫੀ ਅੱਛਾ। ਵੀਡੀਓ ਅੱਛੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਵੀਵਰ ਤੁਸੀਂ ਵੇਖ ਸਕਦੇ ਹੋ ਪਹਿਲੇ ਇੰਨਾ ਪੀਟਰ ਲਾਇਆ ਹੋਇਆ ਹੀ ਹੈ। ਵੇਖੋ ਲੇਕਿਨ ਡੀਜ਼ਲ ਮਹਿੰਗਾ ਹੋਣ ਦੀ ਵਜ੍ਹਾ ਤੋਂ ਮੋੜੇ ਏਰੀਆ ਸਾਰਾ ਥਲਦਾ ਹੈ, ਇੱਥੇ ਡੀਜ਼ਲ ਬਿਲਕੁਲ ਵਾਰਾਣਾ ਹੀ ਕਰਦਾ। ਹੁਣ ਇਹਨਾਂ ਉਸ ਸਾਈਡ 'ਤੇ ਕਪਾਹ ਛਪਾਹ ਗੱਡੀ ਹੋਈ ਹੈ, ਅਤੇ ਸੋਲਰ ਪਲੇਟ ਦਾ ਇਹ ਫਾਇਦਾ ਹੈ, ਖਰਚਾ ਤਾਂ ਹੋਵਾਂ ਦਾ ਲੇਕਿਨ ਫਾਇਦਾ ਹੈ ਵੀ ਸਾਰਾ ਝਪਾਰਾਂ ਹੈ ਮੁਫਤ ਹੀ ਚੱਲਣਾ। ਇਹ ਸਾਈਡ 'ਤੇ ਪਹਿਲਾਂ ਕਰਾਸ ਵਗੈਰਾ ਲੱਗਾ ਹੋਇਆ ਜੀ, ਵੇਖ ਸਕਦੇ ਹੋ ਹੁਣ ਇਹ ਬੰਦ ਪਈ ਆ ਕਿਉਂਕਿ ਡਾਇਰੈਕਟ ਮੋਟਰ ਵੇਖ ਲੱਗ ਚੁੱਕੀ ਹੈ। ਗਹਿਰਾਈ ਕਾਫੀ ਤਕਰੀਬਨ 46 ਫੁੱਟ ਗਹਿਰਾਈ ਹੈ, ਵੇਖ ਸਕਦੇ ਹੋ ਤੁਸੀਂ। ਹੁਣ ਤੁਹਾਨੂੰ ਪਾਣੀ ਚੈੱਕ ਕਰਾਂ ਕਿ ਪਾਣੀ ਕਿਤਨਾ ਆਉਂਦਾ ਪਈ ਆ। ਪੈਂਪ ਬੜਾ ਕਾਫੀ ਇੰਨਾ ਵੱਡਾ ਲਾਇਆ ਹੋਇਆ ਹੈ, ਵੇਖ ਸਕਦੇ ਹੋ। ਚੈੱਕ ਕਰੋ ਪਾਣੀ ਮਾਸ਼ਾਅੱਲਾ ਕਾਫੀ ਹੈ, ਲੇਕਿਨ ਅਜੇ ਅੱਗੋਂ ਦੇਣ ਦੇ ਅੱਗੋਂ ਵਾਧਾ ਲਾਏ ਹੋਏ, ਜਿਹੜੇ ਮੈਨੂੰ ਥੋੜ੍ਹਾ ਪਾਣੀ ਹੈ ਲੇਕਿਨ ਪਾਣੀ ਚੱਲ ਪਹਿਲੇ ਮੈਂ ਬੜਾ ਪਾਣੀ ਹੈ। ਖਾਦਾ ਵਗੈਰਾ ਨਿਜ਼ਾਮ ਬੜਾ ਸੁਥਰਾ ਹੋਇਆ। ਇਹ ਸਾਈਡ 'ਤੇ ਪਾਣੀ ਜਾ ਰਹੀ ਹੈ, ਤੁਸੀਂ ਵੇਖ ਸਕਦੇ ਹੋ। ਸਾਈਡ 'ਤੇ ਇਹਨੇ ਬਣਾਏ ਹੋਏ ਪੋਰੇ ਵਗੈਰਾ, ਇੱਕ ਇੱਧਰ ਪਾਣੀ ਲੱਗ ਗਈ, ਬੋੜੀ ਨਹੀਂ ਲੱਗ ਗਈ। ਕੱਸੀ ਵਗੈਰਾ ਬੜੀ ਸੋਹਣੀ ਜਿਹੀ ਬਣ ਗਈ, ਛੋਟੀ ਜਿਹੀ। ਅਗਰ ਕੱਚੀ ਹੋ ਗਿਆ ਤਾਂ ਕਿਉਂਕਿ ਥਲ ਲਾਈ ਪਾਣੀ ਅੱਡਾ ਕੋਈ ਨਾ ਜਗ੍ਹਾ ਪੈਣਾ। ਇਹ ਸਾਈਡ 'ਤੇ ਜ਼ਿੰਕ ਵਗੈਰਾ ਪਈ ਹੋਈ, ਮੈਂ ਚੈੱਕ ਕਰੋ ਨਾਲ ਨਾਲ ਇਹ ਦੇ ਦੇਣ ਕਿਉਂਕਿ ਪਾਣੀ ਲੱਗ ਹੋਇਆ ਕਪਾਹ ਨੂੰ। ਹੁਣ ਤੁਹਾਨੂੰ ਪਲੇਟਾਂ ਚੈੱਕ ਕਰਨੇ ਕਿ ਪਲੇਟਾਂ ਕਿਤਨੀ ਲੱਗੀਆਂ। ਟੈਂਟ ਲਾਏ ਹੋਏ ਨੇ ਬੜੇ ਮਜ਼ਬੂਤ ਕਿਸਮ ਦੇ ਨੇ ਕਿਉਂਕਿ ਹਨੇਰੀਆਂ ਥਲ ਕਾਫੀ ਪਾਉਂਦੀਆਂ ਨੇ, ਲੇਕਿਨ ਮਜ਼ਬੂਤੀ ਬੜੀ ਨੇ ਕੀਤੀ, ਖਰਚਾ ਬੜਾ ਹੋਇਆ ਖਾਲਾ। ਤੁਹਾਨੂੰ ਹੁਣ ਚੈੱਕ ਕਰਾਈਦਾ ਪੋਲ ਲੱਗੇ ਹੋਏ, ਤੁਸੀਂ ਵੇਖ ਸਕਦੇ ਹੋ। ਮਜ਼ਬੂਤੀ ਇਹਨਾਂ ਦੀ ਬੜੀ, ਚੈੱਕ ਕਰ ਸਕਦੇ ਹੋ ਬੜਾ ਹੀ। ਵੱਡੇ ਵੱਡੇ ਗਾਡਰ ਚੰਗਾ ਲੋਹਾ ਲੱਗਾ ਹੋਇਆ, ਪਲੇਟਾਂ ਦੀ ਤਾਦਾਦ ਕਾਫੀ ਜ਼ਿਆਦਾ, ਵੇਖ ਸਕਦੇ ਹੋ। ਤੁਹਾਨੂੰ ਕੋਈ ਸਟੈਂਡ ਚੈੱਕ ਕਰਾਂ ਇਹਨਾਂ ਦੀ ਮਜ਼ਬੂਤੀ, ਇਹ ਚੈੱਕ ਕਰੋ।
ਚਾਰ ਚਫੇ ਥਾਲ ਥਾਲ ਤੁਸੀਂ ਵੇਖ ਸਕਦੇ ਹੋ, ਮਾਹੌਲ ਬੜਾ ਹੀ ਵੀ ਆਈ ਪੀ ਬਣਿਆ ਹੋਇਆ ਇੱਥੇ। ਪਲੇਟਾਂ ਲੱਗੀ ਹੋਈਆਂ ਭਲਾ ਕਿਤਨੀਆਂ? 24 ਪਲੇਟਾਂ, 24 ਨਹੀਂ, ਕਿਤਨਾ ਖਰਚ ਹੋ ਗਿਆ ਤਕਰੀਬਨ? ਖਰਚਾ ਤਕਰੀਬਨ ਠੀਕ ਹੈ। ਅੱਗੇ ਫੀਟਰ ਲੱਗਣਾ ਵੀ ਆ, ਪੀਲੇ ਨਾਲ ਫਿਟ ਕੀਤਾ ਹੈ। ਨਿਜ਼ਾਮ ਬੜਾ ਪਸੰਦ ਆਇਆ ਸਾਨੂੰ, ਬਿਲਕੁਲ ਠੀਕ। ਪਲੇਟਾਂ ਚ ਲਵਾਂਗੇ ਨਾ, ਉਸਨੇ ਲਵਾਈਆਂ ਨਾ ਕਿ ਪਿੱਛੇ ਲਵਾਈਆਂ ਹਨ ਪਲੇਟਾਂ? ਹੁਣ ਤਾਂ ਖਿਆਲ ਮੈਨੂੰ 20,000 ਦੀ ਅਸੀਂ ਉਦੇ ਲਾਈ ਹੋਈਆਂ ਨੇ ਉੱਥੇ, ਆਵਾਜ਼ ਹੁਣ ਕਰ ਲਈ ਵੀ ਹੁਣ ਅਗਲੇ ਦਿਨ ਪਲੇਟਾਂ ਦੀ ਵੀਡੀਓ ਤੁਹਾਨੂੰ ਵਿਖਾਈ ਹੈ, ਤੁਸੀਂ ਵੇਖ ਸਕਦੇ ਹੋ। ਅਤੇ ਹਵਾ ਸ਼ਵਾ ਬੜੀ ਚੱਲੀ ਹੋਈ ਹੈ, ਪਿੱਛੇ ਝਾੜ ਅੱਜ ਬਣਿਆ ਹੋਇਆ, ਮੌਸਮ ਬੜਾ ਕਾਫੀ ਅੱਛਾ ਹੈ। ਅਗਰ ਧੁੱਪ ਹੋਵੇ ਤਾਂ ਬੰਦਾ ਥੱਲੇ ਚੜ੍ਹਿਆ ਨਹੀਂ ਆ ਸਕਦਾ, ਲੇਕਿਨ ਅੱਜ ਮੌਸਮ ਠੀਕ ਹੈ। ਅਸਾਂ ਚਲੋ ਵੀਡੀਓ ਤੁਹਾਨੂੰ ਵਿਖਾ ਦੇਈਏ, ਅਤੇ ਇਸ ਵੀਡੀਓ ਦੇ ਸਾਈ ਮੈਂ ਐਂਡ ਕਰੇ ਨਾ। ਅਗਰ ਵੀਡੀਓ ਅੱਛੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਬਸ ਮਿਲਦੇ ਹਾਂ ਨਵੀਂ ਵੀਡੀਓ ਨਾਲ, ਤਬ ਤੱਕ ਕੇ ਲੀਏ ਅੱਲਾ ਹਾਫਿਜ਼।